ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਕੇ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇਣਾ ਸੀ, ਜਿੰਨੀਆਂ ਸਾਡੀਆਂ ਮੰਗਾਂ ਕਿਸਾਨਾਂ ਦੀਆਂ, ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ, ਜਿਵੇਂ MSP ਗਰੰਟੀ ਕਾਨੂੰਨ ਆ, ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿਨ੍ਹਾਂ ਕਰਕੇ ਅਸੀਂ ਧਰਨਿਆਂ 'ਤੇ ਬੈਠੇ ਹਾਂ, ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣ ਡਿਆ ਆ, ਉਹਦੇ ਸੰਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਅਤੇ ਸਾਰਿਆਂ ਦੇ ਕੰਨਾਂ 'ਚ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇਣਾ ਸੀਗਾ। ਇਹ ਅੰਮ੍ਰਿਤਪਾਲ ਸਿੰਘ ਜਿਹੜੇ ਆਪ ਜੇਲ੍ਹ 'ਚ ਸਰਕਾਰ ਦਿੱਤੇ ਆ, ਅਤੇ ਉਹਦੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੱਤਾ ਜੀ ਮੰਗ ਪੱਤਰ। ਕੀ ਆਸ਼ਵਾਸਨ ਦਿਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵੱਲੋਂ? ਵੇਖੋ ਜੀ, ਉਹਨਾਂ ਕਿਹਾ ਵੀ ਜੇ ਸਾਡੀ ਜਿਵੇਂ DC ਸਾਹਿਬ ਜਾ ਕੇ ਦੇਣਗੇ DC ਸਾਹਿਬਾਂ ਨੂੰ, ਜਾਂ ਆ ਕੇ ਲੈ ਜਾਣਗੇ, ਜਾਂ ਇਹਨਾਂ ਨੇ ਜਾ ਕੇ ਉੱਥੋਂ ਨੂੰ ਅੰਮ੍ਰਿਤਪਾਲ ਨੂੰ ਸਾਈਨ, ਜੇ ਸਾਈਨ ਕਰਨ ਦੀ ਲੋੜ ਪਈ ਸਾਈਨ ਕਰਵਾ ਕੇ ਜਿਹੜੇ ਫਿਰ ਉਹ ਰਾਜ ਸਭਾ ਭੇਜਿਆ ਜਾਊਗਾ ਲੋਕ ਸਭਾ 'ਚ। ਉਹ ਇਸ ਕਰਕੇ ਨਹੀਂ ਆਇਆ ਵੀ ਅੰਮ੍ਰਿਤਪਾਲ ਆਪ ਤੇ ਇੱਥੇ ਆ ਨਹੀਂ, ਆਪ ਦੇ ਜੇਲ੍ਹ ਵੀ ਦਿੱਤੇ ਆ, ਦੇਣਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ। ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅੰਮ੍ਰਿਤਪਾਲ ਨੂੰ। ਜੇ ਇਗਨੋਰ ਨਾ ਕਰਦੀ ਹੋਵੇ, ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾ, ਜਿਹਨੂੰ ਮੂੰਹ ਨਹੀਂ ਲਾਇਆ ਲੋਕਾਂ ਨੇ, ਪੰਜਾਬੀਆਂ ਨੇ, ਉਹਨੂੰ ਜੋ ਕਿ ਲੋਕ ਸਭਾ 'ਚ ਲੈ ਗਏ ਆ, ਜਿਹੜਾ ਵੱਧ ਤੋਂ ਵੱਧ ਭਾਰੀ ਵੋਟਾਂ ਨਾਲ ਜਿੱਤਿਆ ਵਾ, ਤੇ ਉਹਨੂੰ ਜਿਹੜਾ ਵੰਡ ਦਿੱਤਾ ਵਾ। ਇਸ ਕਰਕੇ ਸਰਕਾਰ ਜਿਹੜੀ ਆ ਉਹ, ਉਹਨਾਂ ਆਖਿਆ ਜੀ ਬਿਲਕੁਲ ਨਹੀਂ, ਜਿਹੜਾ ਤੁਹਾਡਾ ਮੰਗ ਪੱਤਰ ਪਹੁੰਚਾਵਾਂਗੇ, ਤੇ ਬਾਕੀ ਮੰਗ ਪੱਤਰ ਸਾਡੇ ਪਹੁੰਚ ਜਾਣਗੇ। ਜੋ ਸਰਕਾਰ ਜਿਹੜੀ ਅਸੀਂ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ, ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ, ਤੇ ਅਸੀਂ ਆਪਣੇ ਘਰਾਂ ਨੂੰ ਆਈਏ। ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਕੇ ਜਿੰਨੇ ਜਿੱਤੇ ਆ, ਉਹਨਾਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇਣਾ ਸੀ, ਜਿੰਨੀਆਂ ਸਾਡੀਆਂ ਮੰਗਾਂ ਕਿਸਾਨਾਂ ਦੀਆਂ, ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ, ਜਿਵੇਂ MSP ਗਰੰਟੀ ਕਾਨੂੰਨ ਆ, ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿਨ੍ਹਾਂ ਕਰਕੇ ਅਸੀਂ ਧਰਨਿਆਂ 'ਤੇ ਬੈਠੇ ਹਾਂ, ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣ ਡਿਆ, ਉਹਦੇ ਸੰਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਅਤੇ ਸਾਰਿਆਂ ਦੇ ਕੰਨਾਂ 'ਚ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇਣਾ ਸੀਗਾ। ਇਹ ਅੰਮ੍ਰਿਤਪਾਲ ਸਿੰਘ ਜਿਹੜੇ ਆਪ ਜੇਲ੍ਹ 'ਚ ਸਰਕਾਰ ਦਿੱਤੇ ਆ, ਅਤੇ ਉਹਦੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੱਤਾ ਜੀ ਮੰਗ ਪੱਤਰ। ਕੀ ਆਸ਼ਵਾਸਨ ਦਿਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵੱਲੋਂ? ਵੇਖੋ ਜੀ, ਉਹਨਾਂ ਕਿਹਾ ਵੀ ਜੇ ਸਾਡੀ ਜਿਵੇਂ DC ਸਾਹਿਬ ਜਾ ਕੇ ਦੇਣਗੇ DC ਸਾਹਿਬਾਂ ਨੂੰ, ਜਾਂ ਆ ਕੇ ਲੈ ਜਾਣਗੇ, ਜਾਂ ਇਹਨਾਂ ਨੇ ਜਾ ਕੇ ਉੱਥੋਂ ਨੂੰ ਅੰਮ੍ਰਿਤਪਾਲ ਨੂੰ ਸਾਈਨ, ਜੇ ਸਾਈਨ ਕਰਨ ਦੀ ਲੋੜ ਪਈ ਸਾਈਨ ਕਰਵਾ ਕੇ ਜਿਹੜੇ ਫਿਰ ਉਹ ਰਾਜ ਸਭਾ ਭੇਜਿਆ ਜਾਊਗਾ ਲੋਕ ਸਭਾ 'ਚ। ਉਹ ਇਸ ਕਰਕੇ ਨਹੀਂ ਆਇਆ ਵੀ ਅੰਮ੍ਰਿਤਪਾਲ ਆਪ ਤੇ ਇੱਥੇ ਆ ਨਹੀਂ, ਆਪ ਦੇ ਜੇਲ੍ਹ ਵੀ ਦਿੱਤੇ ਆ, ਦੇਣਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ। ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅੰਮ੍ਰਿਤਪਾਲ ਨੂੰ। ਜੇ ਇਗਨੋਰ ਨਾ ਕਰਦੀ ਹੋਵੇ, ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾ, ਜਿਹਨੂੰ ਮੂੰਹ ਨਹੀਂ ਲਾਇਆ ਲੋਕਾਂ ਨੇ, ਪੰਜਾਬੀਆਂ ਨੇ, ਉਹਨੂੰ ਜੋ ਕਿ ਲੋਕ ਸਭਾ 'ਚ ਲੈ ਗਏ ਆ, ਜਿਹੜਾ ਵੱਧ ਤੋਂ ਵੱਧ ਭਾਰੀ ਵੋਟਾਂ ਨਾਲ ਜਿੱਤਿਆ ਵਾ, ਤੇ ਉਹਨੂੰ ਜਿਹੜਾ ਵੰਡ ਦਿੱਤਾ ਵਾ। ਇਸ ਕਰਕੇ ਸਰਕਾਰ ਜਿਹੜੀ ਆ ਉਹ, ਉਹਨਾਂ ਆਖਿਆ ਜੀ ਬਿਲਕੁਲ ਨਹੀਂ, ਜਿਹੜਾ ਤੁਹਾਡਾ ਮੰਗ ਪੱਤਰ ਪਹੁੰਚਾਵਾਂਗੇ, ਤੇ ਬਾਕੀ ਮੰਗ ਪੱਤਰ ਸਾਡੇ ਪਹੁੰਚ ਜਾਣਗੇ। ਜੋ ਸਰਕਾਰ ਜਿਹੜੀ ਅਸੀਂ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ, ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ, ਤੇ ਅਸੀਂ ਆਪਣੇ ਘਰਾਂ ਨੂੰ ਆਈਏ। ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਕੇ ਜਿੰਨੇ ਜਿੱਤੇ ਆ, ਉਹਨਾਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇਣਾ ਸੀ, ਜਿੰਨੀਆਂ ਸਾਡੀਆਂ ਮੰਗਾਂ ਕਿਸਾਨਾਂ ਦੀਆਂ, ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ, ਜਿਵੇਂ MSP ਗਰੰਟੀ ਕਾਨੂੰਨ ਆ, ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿਨ੍ਹਾਂ ਕਰਕੇ ਅਸੀਂ ਧਰਨਿਆਂ 'ਤੇ ਬੈਠੇ ਹਾਂ, ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣ ਡਿਆ, ਉਹਦੇ ਸੰਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਅਤੇ ਸਾਰਿਆਂ ਦੇ ਕੰਨਾਂ 'ਚ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇਣਾ ਸੀਗਾ। ਇਹ ਅੰਮ੍ਰਿਤਪਾਲ ਸਿੰਘ ਜਿਹੜੇ ਆਪ ਜੇਲ੍ਹ 'ਚ ਸਰਕਾਰ ਦਿੱਤੇ ਆ, ਅਤੇ ਉਹਦੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੱਤਾ ਜੀ ਮੰਗ ਪੱਤਰ। ਕੀ ਆਸ਼ਵਾਸਨ ਦਿਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵੱਲੋਂ? ਵੇਖੋ ਜੀ, ਉਹਨਾਂ ਕਿਹਾ ਵੀ ਜੇ ਸਾਡੀ ਜਿਵੇਂ DC ਸਾਹਿਬ ਜਾ ਕੇ ਦੇਣਗੇ DC ਸਾਹਿਬਾਂ ਨੂੰ, ਜਾਂ ਆ ਕੇ ਲੈ ਜਾਣਗੇ, ਜਾਂ ਇਹਨਾਂ ਨੇ ਜਾ ਕੇ ਉੱਥੋਂ ਨੂੰ ਅੰਮ੍ਰਿਤਪਾਲ ਨੂੰ ਸਾਈਨ, ਜੇ ਸਾਈਨ ਕਰਨ ਦੀ ਲੋੜ ਪਈ ਸਾਈਨ ਕਰਵਾ ਕੇ ਜਿਹੜੇ ਫਿਰ ਉਹ ਰਾਜ ਸਭਾ ਭੇਜਿਆ ਜਾਊਗਾ ਲੋਕ ਸਭਾ 'ਚ। ਉਹ ਇਸ ਕਰਕੇ ਨਹੀਂ ਆਇਆ ਵੀ ਅੰਮ੍ਰਿਤਪਾਲ ਆਪ ਤੇ ਇੱਥੇ ਆ ਨਹੀਂ, ਆਪ ਦੇ ਜੇਲ੍ਹ ਵੀ ਦਿੱਤੇ ਆ, ਦੇਣਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ। ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅੰਮ੍ਰਿਤਪਾਲ ਨੂੰ। ਜੇ ਇਗਨੋਰ ਨਾ ਕਰਦੀ ਹੋਵੇ, ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾ, ਜਿਹਨੂੰ ਮੂੰਹ ਨਹੀਂ ਲਾਇਆ ਲੋਕਾਂ ਨੇ, ਪੰਜਾਬੀਆਂ ਨੇ, ਉਹਨੂੰ ਜੋ ਕਿ ਲੋਕ ਸਭਾ 'ਚ ਲੈ ਗਏ ਆ, ਜਿਹੜਾ ਵੱਧ ਤੋਂ ਵੱਧ ਭਾਰੀ ਵੋਟਾਂ ਨਾਲ ਜਿੱਤਿਆ ਵਾ,
ਤੇ ਉਹਨੂੰ ਜਿਹੜਾ ਬਦਲ ਦਿੱਤਾ ਵਾ ਇਹ ਕਰਕੇ ਸਰਕਾਰ ਜਿਹੜੀ ਆ ਉਹ ਉਹਨਾਂ ਆਖਿਆ ਜੀ ਬਿਲਕੁਲ ਅਸੀਂ ਜਿਹੜਾ ਤੁਹਾਡਾ ਮੰਗ ਪੱਤਰ ਪਹੁੰਚਾਵਾਂਗੇ ਤੇ ਬਾਕੀ ਮੰਗ ਪੱਤਰ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਤੇ ਅਸੀਂ ਆਪਣੇ ਘਰਾਂ ਨੂੰ ਆਈਏ।